ਸ਼ਹਿਰ ਜ਼ਿਲ੍ਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦਾ ਏਜ ਐਕਟ ਨਿਊਜ਼ ਅਤੇ ਇੰਡੀਆ ਆਪ ਜੀ ਦੇ ਆਉਣ 'ਤੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਦਰਸ਼ਨ ਦਿੱਤੇ ਆ ਔਰ ਪਿੰਡ ਸੰਬੰਧੀ ਜੋ ਪਿੰਡ ਵਾਸੀਆਂ ਨੇ ਮੇਰੀ ਘਰਵਾਲੀ ਨੂੰ ਸਹਿਯੋਗ ਦੇ ਕੇ ਸਰਪੰਚ ਬਣਾਇਆ ਔਰ ਮੈਂਬਰ ਪੰਚਾਇਤ ਬਹੁਤ ਸ਼ਲਾਘਾਯੋਗ ਬਣੇ ਨੇ ਜੋ ਜੋ ਵੀ ਪਿੰਡ ਦੇ ਵਿੱਚ ਵਿਕਾਸ ਦੀਆਂ ਚੀਜ਼ਾਂ ਹੋਣਗੀਆਂ ਸਾਰੇ ਪਿੰਡ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ ਔਰ ਜਿਉਂ ਜਿਉਂ ਕੋਈ ਗ੍ਰਾਂਟ ਆਏਗੀ ਉਹਦੇ ਆਧਾਰ 'ਤੇ ਹੀ ਕੰਮ ਕੀਤੇ ਜਾਣਗੇ ਪਿੰਡ ਦੇ ਸਾਰੇ ਸਹਿਯੋਗ ਨੂੰ ਇਕੱਠ ਲੈ ਕੇ ਸਾਰਿਆਂ ਦਾ ਸਹਿਯੋਗ ਲੈ ਕੇ ਜੋ ਵੀ ਪਿੰਡ ਕਹੇਗਾ ਉਹ ਹੀ ਕਰ ਪੱਕੇ ਜਾਣਗੇ ਜਿਉਂ ਜਿਉਂ ਕੋਈ ਗ੍ਰਾਂਟ ਆਏਗੀ ਉਸ ਹਿਸਾਬ ਨਾਲ ਜਿਹੜੀ ਆ ਡਿਵੈਲਪਮੈਂਟ ਦਾ ਕੰਮ ਕੀਤਾ ਜਾਏਗਾ ਅਸੀਂ ਬੱਚਿਆਂ ਲਈ ਇੱਕ ਪਿੰਡ ਦੇ ਵਿੱਚ ਪਹਿਲੀ ਸਰਕਾਰ ਵੱਲੋਂ ਵੀ ਜਿੰਮ ਬਣ ਚੁੱਕਾ ਹੈ ਉਹਦੇ ਵਿੱਚ ਬੱਚਿਆਂ ਨੂੰ ਅਸੀਂ ਕਹਿ ਰਹੇ ਹਾਂ ਵੀ ਮਾੜੀਆਂ ਹਰਕਤਾਂ ਤੋਂ ਬਚਣ ਲਈ ਜਿੰਮ ਦੇ ਵਿੱਚ ਆ ਕੇ ਵਰਜਿਸ਼ ਕਰਨ ਔਰ ਗੇਮਾਂ ਦੇ ਵਿੱਚ ਧਿਆਨ ਦੇਣ 15 ਅਗਸਤ 'ਤੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਾਂਗਾ ਕਿ ਨਸ਼ੇ ਪੱਤਿਆਂ ਤੋਂ ਬਚ ਕੇ ਆਪਣੀ ਦਸਾਂਹਾਂ ਦੀ ਕਮਾਈ ਕਰੋ ਅਤੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕੀਤਾ ਜਾਵੇ ਗਰੀਬਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਨੌਕਰੀ ਮੁਹੱਈਆ ਕੀਤੀ ਜਾਵੇ ਕਈ ਚੀਜ਼ਾਂ ਦੀ ਘਾਟ ਆ ਜਿਵੇਂ ਸ਼ਮਸ਼ਾਨ ਘਾਟ ਦੀ ਕੋਟਨ ਹੋਣ ਵਾਲੀ ਹੈ ਅਤੇ ਬਾਕੀ ਵਾਟਰ ਸਪਲਾਈ ਦੀ ਬਹੁਤ ਘਾਟ ਹੈ ਪਿੰਡ ਵਿੱਚ ਪਾਣੀ ਹੈ ਹੀ ਨਹੀਂ ਹੈ ਇਹਦੇ ਬਾਰੇ ਵੀ ਅਫਸਰਾਂ ਨਾਲ ਜਾ ਕੇ ਗੱਲਬਾਤ ਕਰ ਚੁੱਕੇ ਹਾਂ ਮਤਾ ਵੀ ਪਾ ਚੁੱਕੇ ਹਾਂ ਅਜੇ ਕੋਈ ਉਹਨਾਂ ਵੱਲੋਂ ਅਪਰਾਧੇ ਕੀਤੇ ਜਾ ਰਹੇ ਅਸੀਂ ਜਿਹੜੀ ਮੌਜੂਦਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪ੍ਰਾਇਓਰਟੀ ਬੇਸ 'ਤੇ ਸਾਡੇ ਪਿੰਡ ਨੂੰ ਜੋ ਵੀ ਗ੍ਰਾਂਟ ਆਵੇਗੀ ਔਰ ਮੁਹੱਈਆ ਕੀਤੀ ਜਾਵੇ ਔਰ ਅਸੀਂ ਉਹਦੀ ਡਿਵੈਲਪਮੈਂਟ ਕਰ ਸਕੀਏ ਸਾਰੇ ਪਿੰਡ ਦੇ ਨਗਰ ਵਾਸੀਆਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬਤੌਰ ਪੰਚ ਚੁਣਿਆ ਅਤੇ ਅਸੀਂ ਆਪਣੇ ਸਰਪੰਚ ਸਾਹਿਬ ਹੋਣਾਂ ਨਾਲ ਰਲ ਕੇ ਜੋ ਪਿੰਡ ਦੇ ਅਧੂਰੇ ਕੰਮ ਆ ਸਾਰਿਆਂ ਦੇ ਸਹਿਯੋਗ ਨਾਲ ਪੂਰੇ ਕਰਾਂਗੇ ਅਤੇ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਅਧੂਰੇ ਕੰਮ ਜਿਹੜੇ ਪਏ ਆ ਉਹ ਪੂਰੇ ਕੀਤੇ ਜਾਣ ਉਹ ਅਸੀਂ ਪੂਰੇ ਕਰਾਂਗੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜੋ ਵੀ ਸਾਨੂੰ ਗ੍ਰਾਂਟਾਂ ਆਉਣਗੀਆਂ ਉਹ ਅਸੀਂ ਪਿੰਡ ਦੇ ਵਿੱਚ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਪੁੱਛ ਕੇ ਸਾਰੇ ਅਸੀਂ ਕੰਮ ਕਰ ਕਰਾਂਗੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਅਤੇ ਸਭ ਨੂੰ ਵਧਾਈ ਦਿੰਦਾ ਹਾਂ 15 ਅਗਸਤ ਆਜ਼ਾਦੀ ਦਿਵਸ ਦੀਆਂ ਅਤੇ ਗੌਰਮੈਂਟ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਕਿ ਵੱਧ ਤੋਂ ਵੱਧ ਬੇਰੁਜ਼ਗਾਰ ਨੂੰ ਜਿੰਨੇ ਵੀ ਸਾਡੇ ਮੁੰਡੇ ਬੇਰੁਜ਼ਗਾਰ ਘੁੰਮ ਰਹੇ ਉਹਨਾਂ ਨੂੰ ਨੌਕਰੀਆਂ ਦੇਣ ਕੋਈ ਨਾ ਕੋਈ ਕਿੱਤਾ ਬਖਸ਼ਣ ਧੰਨਵਾਦ ਕਰਦਾ ਹਾਂ ਸਾਰੇ ਵੋਟਰਾਂ ਸਪੋਰਟਰਾਂ ਦਾ ਇਕੱਲਾ ਇਸ ਵਾਰ ਨਹੀਂ ਸਾਨੂੰ ਬਹੁਤ ਚਿਰ ਤੋਂ ਕਾਫੀ ਚਿਰ ਤੋਂ ਮਾਣ ਬਖਸ਼ਦੇ ਆ ਰਹੇ ਨੇ ਸਰਪੰਚੀ ਦਾ ਅਸੀਂ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਅਸੀਂ ਧੰਨਵਾਦ ਕਰਦੇ ਹਾਂ ਜੇ ਇਸ ਉਮੀਦ ਨਾਲ ਉਹਨਾਂ ਨੇ ਸਾਨੂੰ ਸਰਪੰਚੀ ਪੰਚੀ ਦੀਆਂ ਮਾਣ ਬਖਸ਼ੇ ਆ ਅਸੀਂ ਉਹਨਾਂ ਦਾ ਮਾਣ ਰੱਖਾਂਗੇ ਉਹਨਾਂ ਦੀ ਹੈਲਪ ਕਰਾਂਗੇ ਪਿੰਡ ਦੀ ਤਰੱਕੀ ਕਰਾਂਗੇ ਯਸ਼ਪਾਲ ਕੌਰ ਸਰਪੰਚ ਸਾਹਿਬ ਪਿੰਡ ਕੋਟਪੱਤੀ ਜੇ ਮੁਸ਼ਕਲਾਂ ਜਦੋਂ ਵੀ ਕਿਤੇ ਬਾਹਰ ਘੁੰਮਣ ਫਿਰਨ ਜਾਈਦਾ ਬਜ਼ੁਰਗਾਂ ਦੀ ਇਹੀ ਤਮੰਨਾ ਵੀ ਜੇ ਸਾਡੇ ਬੱਚੇ ਬਾਹਰ ਗਏ ਸਾਡੇ ਬੱਚੇ ਸਾਨੂੰ ਕੁਛ ਨਹੀਂ ਦੇ ਰਹੇ ਵੀ ਸਾਨੂੰ ਵੀ ਦਾਣੇ ਕਿਉਂ ਨਹੀਂ ਮਿਲ ਰਹੇ ਹੈਗੇ ਵੀ ਸਾਨੂੰ ਪੈਨਸ਼ਨ ਕਿਉਂ ਨਹੀਂ ਮਿਲ ਰਹੀ ਹੈਗੀ ਵੀ ਜੇ ਬੱਚੇ ਨੂੰ ਸਾਨੂੰ ਨਹੀਂ ਪੁੱਛ ਰਿਹਾ ਵੀ ਸਾਡਾ ਵੀ ਫਰਜ਼ ਬਣਦਾ ਵੀ ਸਰਕਾਰ ਸਾਨੂੰ ਵੀ ਦੇ ਪੂਰੇ ਪਰਿਵਾਰ ਵੱਲੋਂ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਪਿੰਡ ਵਾਸੀਆਂ ਨੇ ਸਾਨੂੰ ਇਹ ਸਰਪੰਚੀ ਦਾ ਮਾਣ ਬੰਦੇ ਦਾ ਪਿੰਡ ਵਿੱਚ ਧੰਨਵਾਦੀ ਹਾਂ ਔਰ ਗੌਰਮੈਂਟ ਦੇ ਵੀ ਧੰਨਵਾਦੀ ਹਾਂ ਅਸੀਂ ਚੈਨਲ ਵਾਲਿਆਂ ਦੇ ਵੀ ਧੰਨਵਾਦੀ ਹਾਂ ਜੋ ਕਿ ਸਾਡੀਆਂ ਮੰਗਾਂ ਗੌਰਮੈਂਟ ਤੱਕ ਪਹੁੰਚਾ ਰਹੇ ਹਾਂ ਮੈਂ ਰਮੇਸ਼ ਨਾਲ ਪਿੰਡ ਕੋਟਪੱਤੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸ 15 ਅਗਸਤ ਦੇ ਦਿਵਸ 'ਤੇ ਬਹੁਤ ਬਹੁਤ ਵਧਾਈਆਂ ਦਿੰਦਾ